Today we will continue our geography second chapter Inside the Earth with the next topic classification of rocks. Firstly, ਅਸੀਂ ਮੈਗਮਾ ਤੇ ਲਾਵਾ ਬਾਰੇ ਗੱਲ ਕਰਾਂਗੇ। ਮੈਗਮਾ ਕੀ ਹੁੰਦਾ ਜੀ? ਜਦੋਂ ਅਸੀਂ ਧਰਤੀ ਦੇ ਸਰਫੇਸ ਦੇ ਨੀਚੇ ਜਾਂਦੇ ਹਾਂ ਵਿੱਚ ਜਾਂਦੇ ਹਾਂ ਤਾਂ ਇਹਦਾ ਜਿਹੜਾ ਜੋ ਹੀਟ ਹੈ ਜੋ ਟੈਂਪਰੇਚਰ ਹੈ ਪ੍ਰੈਸ਼ਰ ਹੈ ਉਹ ਵੱਧਦਾ ਹੀ ਜਾਂਦਾ ਹੈ। ਤਾਂ ਮੈਗਮਾ ਕੀ ਹੁੰਦਾ ਹੈ? ਮੋਲਟਨ ਫੋਮ ਇਨ ਦਾ ਅਰਥ। ਧਰਤੀ ਦੇ ਵਿੱਚ ਸਿਰਫ ਮੋਲਟਨ ਫੋਮ ਹੁੰਦੀ ਹੈ ਜਿਹੜੀ ਜੋ ਵੀ ਮਿਨਰਲਸ ਹੁੰਦੇ ਆ ਜਾਂ ਰੌਕਸ ਹੁੰਦੀਆਂ ਹੈ ਉਹ ਮੋਲਟਨ ਫੋਮ ਦੇ ਵਿੱਚ ਹੁੰਦੀਆਂ ਹੈ ਧਰਤੀ ਦੇ ਅੰਦਰ ਇਨਸਾਈਡ ਦਾ ਅਰਥ। ਲਾਵਾ ਕੀ ਹੁੰਦਾ ਹੈ? ਲਾਵਾ ਹੁੰਦਾ ਹੈ ਮੋਲਟਨ ਫੋਮ ਆਊਟਸਾਈਡ ਅਰਥ। ਅਤੇ ਲਾਵਾ ਹੁੰਦਾ ਹੈ ਜੋ ਮਿਨਰਲਸ ਜਾਂ ਜੋ ਵੀ ਜਿਹੜੇ ਹੈਗੇ ਆਪਣੇ ਰੌਕਸ ਹੁੰਦੀਆਂ ਹੈ ਜਾਂ ਛੋਟੇ ਛੋਟੇ ਜੋ ਪਾਰਟੀਕਲ ਹੁੰਦੇ ਆ ਉਹ ਲਾਵਾ ਦੇ ਫੋਮ ਦੇ ਵਿੱਚ ਜਿਹੜਾ ਹੈਗਾ ਇਹ ਆਊਟਸਾਈਡ ਅਰਥ ਧਰਤੀ ਦੇ ਉੱਪਰ ਆ ਜਾਂਦੇ ਆ ਤਾਂ ਉਹਨੂੰ ਜਿਹੜਾ ਹੈਗਾ ਅਸੀਂ ਲਾਵਾ ਕਹਿੰਦੇ ਹਾਂ। ਮੈਗਮਾ ਹੈ ਜਿਹੜਾ ਇਹ ਧਰਤੀ ਦੇ ਅੰਦਰ ਹੁੰਦਾ ਹੈ ਅਤੇ ਸਲੋ ਪ੍ਰੋਸੈਸ ਹੁੰਦਾ ਹੈ ਅਤੇ ਜਦੋਂ ਉਹੀ ਚੀਜ਼ ਲਾਵਾ ਬਣ ਜਾਂਦੀ ਹੈ ਜਦੋਂ ਧਰਤੀ ਦੇ ਉੱਪਰ ਆ ਜਾਂਦੀ ਹੈ ਅਤੇ ਇਹ ਫਾਸਟ ਪ੍ਰੋਸੈਸ ਹੁੰਦਾ ਇੱਕ ਫਾਸਟਲੀ ਜਿਹੜੀ ਹੈਗੀ ਇਹ ਉੱਪਰ ਆਉਂਦਾ ਧਰਤੀ ਦੇ। ਹੁਣ ਸਪੋਜ਼ ਆਪਣੇ ਕੋਲ ਇੱਕ ਡਾਇਗ੍ਰਾਮ ਹੈ ਆਹ ਵਾਲਾ ਮੰਨ ਲਓ ਵੀ ਤੁਸੀਂ ਮੈਗਮਾ ਹੈ ਠੀਕ ਹੈ ਇਹ ਇਨਸਾਈਡ ਦਾ ਅਰਥ ਹੈ ਠੀਕ ਹੈ ਤਾਂ ਇਹ ਮੋਲਟਨ ਸਟੇਟ ਦੇ ਵਿੱਚ ਆ ਸੋ ਧਰਤੀ ਦੇ ਵਿੱਚ ਜੋ ਕਰੈਕਸ ਹੋਣਗੀਆਂ ਜਾਂ ਜਿੱਥੋਂ ਵੀ ਧਰਤੀ ਦੇ ਵਿੱਚ ਜਿਹੜੀ ਹੈਗੀ ਆ ਕਰੈਕਸ ਪੈਂਦੀ ਆ ਜਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਸੋਫਟ ਪਾਰਟ ਆ ਤਾਂ ਉੱਥੋਂ ਦੀ ਜਿਹੜਾ ਹੈਗਾ ਇਹ ਜੋ ਵੀ ਜੋ ਆ ਐਲੀਮੈਂਟਸ ਪਾਰਟੀਕਲ ਹੈਗੇ ਆ ਇਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਬਾਹਰ ਨਿਕਲਦੇ ਆ ਜਾਂ ਵਲਕੈਨੋ ਦੇ ਥਰੂ ਵੀ ਜੋ ਹੈਗਾ ਇਹ ਲਾਵਾ ਬਾਹਰ ਨਿਕਲਦਾ ਹੈ ਤਾਂ ਇੱਥੇ ਜਿਹੜਾ ਹੈਗਾ ਆ ਕੇ ਇਹ ਬਾਹਰ ਨਿਕਲ ਗਿਆ ਤਾਂ ਇਹਨੂੰ ਅਸੀਂ ਲਾਵਾ ਕਹਿ ਦਿੰਦੇ ਹਾਂ। ਸੋ ਮੈਂ ਤੁਹਾਨੂੰ ਮੈਗਮਾ ਅਤੇ ਲਾਵਾ ਬਾਰੇ ਕਿਉਂ ਦੱਸ ਰਹੀ ਹਾਂ ਕਿਉਂਕਿ ਮੈਗਮਾ ਅਤੇ ਲਾਵਾ ਦੇ ਨਾਲ ਹੀ ਜੋ ਰੌਕਸ ਦੀ ਜਿਹੜੀ ਹੈਗੀ ਆ ਫੋਰਮੇਸ਼ਨ ਹੁੰਦੀ ਆ ਰੌਕਸ ਹੈ ਜਿਹੜੇ ਉਹ ਮੈਗਮਾ ਅਤੇ ਲਾਵਾ ਦੇ ਨਾਲ ਹੀ ਬਣਦੇ ਆ। ਸੋ ਨੈਕਸਟ ਅਸੀਂ ਰੌਕਸ ਬਾਰੇ ਗੱਲ ਕਰਾਂਗੇ। ਰੌਕਸ ਆ ਜਿਹੜੀਆਂ ਸਾਡੀਆਂ ਤਿੰਨ ਟਾਈਪਸ ਦੀਆਂ ਹੁੰਦੀਆਂ ਇਗਨੀਸ ਸੈਂਡੀਮੈਂਟਰੀ ਇਗਨੀਸ ਰੌਕਸ ਹੈ ਜਿਹੜੀਆਂ ਇਹਨਾਂ ਨੂੰ ਅਸੀਂ ਪ੍ਰਾਇਮਰੀ ਰੌਕਸ ਵੀ ਕਹਿੰਦੇ ਹਾਂ। ਪ੍ਰਾਇਮਰੀ ਰੌਕਸ ਕਿਉਂ ਕਹਿੰਦੇ ਹਾਂ? ਕਿਉਂਕਿ ਇਹ ਰੌਕਸ ਤੋਂ ਹੀ ਜਿਹੜੀਆਂ ਅਗਲੀਆਂ ਰੌਕਸ ਹੈ ਜਿਹੜੀਆਂ ਉਹ ਬਣਦੀਆਂ। ਨੈਕਸਟ ਰੌਕਸ ਸੈਂਡੀਮੈਂਟਰੀ ਰੌਕਸ ਹੈ ਇਹ ਰੌਕਸ ਨੂੰ ਅਸੀਂ ਡਰਾਈਡ ਅਤੇ ਸੈਕੰਡਰੀ ਰੌਕਸ ਵੀ ਕਹਿੰਦੇ ਹਾਂ ਬਿਕੋਜ਼ ਇਟ ਡਰਾਈਡ ਫਰੋਮ ਇਗਨੀਸ ਰੌਕਸ ਇਗਨੀਸ ਰੌਕਸ ਤੋਂ ਬਣਦੀਆਂ ਦੈਟਸ ਵਾਈ ਇਟ ਕਾਲਡ ਡਰਾਈਡ ਰੌਕਸ। ਦੈਨ ਥਰਡ ਤੇ ਆਪਣੇ ਕੋਲ ਹੈਗੀ ਹੈ ਮੈਟਾਮੋਰਫਿਕ ਰੌਕਸ ਇਹ ਮੈਟਾਮੋਰਫਿਕ ਹੈ ਜਿਹੜੀ ਇਹ ਮੈਟਾਮੋਰਫਿਸ ਹੋ ਕੇ ਬਣਦੀ ਹੈ। ਮੈਟਾਮੋਰਫਿਸ ਕੀ ਹੈ? ਜਦੋਂ ਕੋਈ ਵੀ ਜਿਹੜੀ ਹੈਗੀ ਆ ਰੌਕਸ ਉੱਪਰ ਜਾਂ ਕਿਸੇ ਵੀ ਪਾਰਟੀਕਲ ਉੱਪਰ ਜਦੋਂ ਹੀਟ ਪ੍ਰੈਸ਼ਰ ਹੈ ਜਿਹੜਾ ਜ਼ਿਆਦਾ ਪੈਂਦਾ ਹੈ ਅਸੀਂ ਜ਼ਿਆਦਾ ਪਾਉਂਦੇ ਹਾਂ ਤਾਂ ਉਸ ਟਾਈਮ 'ਤੇ ਇਹ ਮੋਰਫਿਸ ਹੋ ਜਾਂਦੀ ਹੈ ਅਤੇ ਇਹ ਜਿਹੜੀ ਹੈਗੀ ਆ ਮੋਰਫਿਕ ਮੈਟਾਮੋਰਫਿਕ ਰੌਕ ਹੈ ਬਣ ਜਾਂਦੀ ਹੈ। ਇਹਨਾਂ ਤਿੰਨੋਂ ਰੌਕਸ ਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਕੀ ਹੈ? ਡਿਫਰੈਂਸ ਹੈਗਾ ਸਿਰਫ ਫੋਰਮੇਸ਼ਨ ਦਾ। ਇਹਨਾਂ ਦੇ ਵਿੱਚ ਜੋ ਡਿਫਰੈਂਸ ਸਿਰਫ ਇਹੀ ਹੈ ਕਿ ਇਹ ਕਿਸ ਤਰ੍ਹਾਂ ਦੇ ਨਾਲ ਬਣਦੀਆਂ ਇਹ ਅਲੱਗ ਅਲੱਗ ਮੈਥਡ ਦੇ ਨਾਲ ਹੀ ਬਣਦੀਆਂ। ਅੱਗੇ ਗੱਲ ਕਰਾਂਗੇ ਆਪਾਂ ਰੌਕ ਸਾਈਕਲ ਦੀ ਜੋ ਸਾਡਾ ਰੌਕ ਸਾਈਕਲ ਹੈ। ਫਸਟਲੀ ਇਹ ਤੁਸੀਂ ਦੇਖ ਰਹੇ ਹੋ ਇਹ ਹੈਗਾ ਆਪਣਾ ਮੈਗਮਾ। ਸੋ ਮੈਗਮਾ ਹੈ ਜਿਹੜਾ ਜਾਂ ਤਾਂ ਇਨਸਾਈਡ ਦਾ ਅਰਥ ਜਾਂ ਆਊਟਸਾਈਡ ਦਾ ਅਰਥ ਮੈਗਮਾ ਜਾਂ ਲਾਵਾ ਇਹ ਜਦੋਂ ਕੂਲ ਹੁੰਦਾ ਹੈ ਭਾਵੇਂ ਤਾਂ ਧਰਤੀ ਦੇ ਉੱਪਰ ਹੋਵੇ ਭਾਵੇਂ ਨੀਚੇ ਹੋਵੇ ਠੀਕ ਹੈ ਜਦੋਂ ਕੂਲ ਹੋ ਜਾਂਦਾ ਹੈ ਤਾਂ ਕੂਲ ਹੋ ਕੇ ਜਿਹੜਾ ਹੈਗਾ ਇਹ ਇਗਨੀਸ ਰੌਕਸ ਬਣ ਜਾਂਦੀਆਂ ਹੈ। ਇਗਨੀਸ ਰੌਕਸ ਜਦੋਂ ਬਣ ਜਾਂਦੀਆਂ ਹੈ ਉਸ ਤੋਂ ਬਾਅਦ ਇਹ ਅੱਗੇ ਜਿਹੜਾ ਹੈਗਾ ਇਹਦੀ ਵੈਦਰਿੰਗ ਹੁੰਦੀ ਹੈ। ਵੈਦਰਿੰਗ ਮਤਲਬ ਛੋਟੇ ਛੋਟੇ ਪਾਰਟਸ ਦੇ ਵਿੱਚ ਜਿਵੇਂ ਕਹਿ ਲਓ ਵੀ ਆਪਾਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਟੁੱਟਣਾ ਸ਼ੁਰੂ ਹੋ ਜਾਂਦਾ ਅਤੇ ਇਹਦੇ ਸੈਂਟੀਮੈਂਟਸ ਬਣ ਜਾਂਦੇ ਆ ਛੋਟੇ ਛੋਟੇ ਟੁਕੜੇ ਬਣ ਜਾਂਦੇ ਆ। ਸੈਂਟੀਮੈਂਟਸ ਬਣਦੇ ਆ ਤਾਂ ਉਹ ਜੋ ਆਪਣੇ ਐਟਮੋਸਫੇਅਰਿਕ ਐਲੀਮੈਂਟਸ ਆ ਤੁਸੀਂ ਇਹਦੇ ਵਿੱਚ ਜਿਹੜਾ ਹੈਗਾ ਵਾਟਰ ਕਹਿ ਸਕਦੇ ਹੋ ਜਾਂ ਵਿੰਡ ਕਹਿ ਸਕਦੇ ਹੋ ਉਹਦੇ ਨਾਲ ਇਹਨੂੰ ਜਿਹੜੀ ਹੈਗੀ ਇਹਦੀ ਕੰਪੈਕਟਿੰਗ ਹੁੰਦੀ ਹੈ। ਕੰਪੈਕਟਿੰਗ ਕੀ ਹੈ ਕਿ ਅਲੱਗ ਅਲੱਗ ਜਿਹੜੀਆਂ ਪਰਤਾਂ ਦੇ ਵਿੱਚ ਇਹ ਜੋ ਪਾਰਟੀਕਲ ਹੈ ਜੋ ਮਿੱਟੀ ਹੈ ਉਹ ਵਿਛਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਦੋਂ ਉਹਦੀ ਜਿਹੜੀ ਹੈਗੀ ਆ ਅਲੱਗ ਅਲੱਗ ਪਰਤਾਂ ਬਣ ਜਾਂਦੀਆਂ ਪਰਤਾਂ ਵਿੱਚ ਵਿਛਦੀ ਹੈ ਤਾਂ ਹੌਲੀ ਹੌਲੀ ਉਹ ਜਿਹੜੀ ਹੈਗੀ ਆ ਰੌਕਸ ਬਣ ਜਾਂਦੀ ਹੈ ਜਿਹਨੂੰ ਅਸੀਂ ਸੈਂਟੀਮੈਂਟਰੀ ਰੌਕਸ ਕਹਿੰਦੇ ਹਾਂ। ਕਿਉਂ? ਕਿਉਂਕਿ ਇਹ ਸੈਂਟੀਮੈਂਟਸ ਤੋਂ ਬਣਦੀ ਆ ਵਿਦ ਅ ਪ੍ਰੋਸੈਸ ਆਫ ਵੈਦਰਿੰਗ ਐਂਡ ਕੰਪੈਕਟਿੰਗ। ਦੈਨ ਆਪਣੇ ਕੋਲ ਆ ਜਾਂਦੀ ਹੈਗੀ ਆ ਸੈਂਟੀਮੈਂਟਰੀ ਰੌਕਸ ਤੋਂ ਅੱਗੇ ਮੈਟਾਮੋਰਫਿਕ ਰੌਕਸ ਬਣਦੀਆਂ। ਸੈਂਟੀਮੈਂਟਰੀ ਰੌਕਸ ਉੱਤੇ ਹੀ ਜਦੋਂ ਹੀਟ ਅਤੇ ਪ੍ਰੈਸ਼ਰ ਜ਼ਿਆਦਾ ਪਾਇਆ ਜਾਂਦਾ ਹੈ ਤਾਂ ਉਹ ਮੈਟਾਮੋਰਫਿਸ ਹੋ ਕੇ ਮੈਟਾਮੋਰਫਿਕ ਰੌਕਸ ਬਣ ਜਾਂਦੀਆਂ। ਇਗਨੀਸ ਰੌਕਸ ਪ੍ਰਾਇਮਰੀ ਰੌਕਸ ਹੈ ਤਾਂ ਇਹਦੇ ਨਾਲ ਇੱਧਰੋਂ ਸੈਂਟੀਮੈਂਟਰੀ ਰੌਕਸ ਵੀ ਬਣਦੀਆਂ ਹੈ ਅਤੇ ਨਾਲ ਨਾਲ ਮੈਟਾਮੋਰਫਿਕ ਰੌਕਸ ਵੀ ਬਣਦੀਆਂ ਹੈ ਵਿਦ ਦ ਹੈਲਪ ਆਫ ਹੀਟ ਐਂਡ ਪ੍ਰੈਸ਼ਰ।
ਤੇ ਜੋ ਇਹ ਸੈਡੀਮੈਂਟਰੀ ਰੌਕਸ ਨੇ ਉਹ ਵੀ ਮੈਟਾਮੋਰਫਿਕ ਰੌਕਸ ਬਣਾ ਦਿੰਦੀਆਂ ਇਹ ਤੇ ਇਗਨੀਸ ਰੌਕਸ ਤੋਂ ਵੀ ਮੈਟਾਮੋਰਫਿਕ ਰੌਕਸ ਬਣ ਜਾਂਦੀਆਂ ਦੈਨ ਜੋ ਮੈਟਾਮੋਰਫਿਕ ਰੌਕ ਹੈ ਜਦੋਂ ਇਹ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਇਹ ਜਿਹੜੀ ਹੈਗੀ ਆ ਸਾਰਾ ਜੋ ਐਲੀਮੈਂਟਸ ਹੁੰਦੇ ਆ ਪਾਰਟੀਕਲ ਇਹ ਮੈਲਟ ਹੋ ਜਾਂਦੇ ਆ ਮੈਲਟ ਹੋ ਕੇ ਫਿਰ ਇਹ ਮੈਗਮਾ ਦੇ ਵਿੱਚ ਕਨਵਰਟ ਹੋ ਜਾਂਦੇ ਆ ਮੈਗਮਾ 'ਚ ਕਨਵਰਟ ਹੋਣ ਤੋਂ ਬਾਅਦ ਫਿਰ ਉਹੀ ਦੁਬਾਰਾ ਪ੍ਰੋਸੈਸ ਚੱਲ ਪੈਂਦਾ ਹੈ ਕਿ ਜੇ ਧਰਤੀ ਦੇ ਉੱਪਰ ਜੋ ਇਹ ਮਟੀਰੀਅਲ ਨਿਕਲਿਆ ਹੁੰਦਾ ਤੇ ਉਹਨੂੰ ਲਾਵਾ ਕਹਿੰਦੇ ਉਹ ਠੰਡਾ ਹੋ ਕੇ ਇਗਨੀਸ ਰੌਕਸ ਬਣ ਜਾਂਦਾ ਹੈ ਜਾਂ ਫਿਰ ਧਰਤੀ ਦੇ ਨੀਚੇ ਵਾਲਾ ਜਿਹੜਾ ਉਹ ਕੂਲ ਹੋ ਕੇ ਸੋਲੀਡੀਫਾਈ ਹੋਣ ਤੋਂ ਬਾਅਦ ਇਗਨੀਸ ਰੌਕਸ ਵਿੱਚ ਕਨਵਰਟ ਹੋ ਜਾਂਦਾ ਹੈ ਸੋ ਇਹ ਸਰਕਲ ਹੈ ਜਿਹੜਾ ਉਵੇਂ ਉਵੇਂ ਚੱਲੀ ਜਾਂਦਾ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਅਸੀਂ ਦੇਖੋ ਵੀ ਉਸੇ ਤਰ੍ਹਾਂ ਹੀ ਨਾਲ ਉੱਥੇ ਫੇਰ ਆ ਚੁੱਕੇ ਹਾਂ ਹੈ ਨਾ ਤਾਂ ਇਹ ਰੌਕ ਸਾਈਕਲ ਹੈ ਜਿਹੜਾ ਸਾਡਾ ਉਸੇ ਤਰੀਕੇ ਦੇ ਨਾਲ ਹੀ ਲਗਾਤਾਰ ਚੱਲਦਾ ਰਹਿੰਦਾ ਹੈ ਅੰਡਰਸਟੈਂਡ ਥੈਂਕ ਯੂ